ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਅੰਮ੍ਰਿਤਸਰ 'ਚ ਪ੍ਰੈਸ ਵਾਰਤਾ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵੀ ਸਾਧਿਆ। ਇਸ ਦੇ ਨਾਲ ਹੀ ਦੇਸ਼ ਦੀ ਕੇਂਦਰ ਸਰਕਾਰ ਦੇ ਵੱਲੋਂ ਚਲਾਈ ਗਈ ਆਯੁਸ਼ਮਾਨ ਯੋਜਨਾ 'ਚ ਰਾਜ ਦੀ ਕਾਂਗਰਸ ਸਰਕਾਰ ਦੇ ਸ਼ਾਮਿਲ ਨਾ ਹੋਣ ਦੇ ਕਾਰਨ ਉਹਨਾਂ ਨੇ ਕਾਂਗਰਸ ਸਰਕਾਰ ਨੂੰ ਕੋਸਿਆ। ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੁਨੀਆ ਦੇ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਨੂੰ ਸ਼ੁਰੂ ਕੀਤਾ। ਮੈਂ ਅੱਜ ਬੜਾ ਮਹੱਤਵਪੂਰਨ ਵਿਸ਼ੇ ਲੈ ਕੇ ਆਇਆ। ਮੈਂ ਧੰਨਵਾਦ ਕਰਦਾ ਪ੍ਰਧਾਨ ਮੰਤਰੀ ਮੋਦੀ ਜੀ ਦਾ, ਉਹਨਾਂ ਨੇ ਦੁਨੀਆ ਦੀ ਦੇ ਵਿੱਚ ਸਭ ਤੋਂ ਵੱਡੀ ਹੈਲਥ ਸਕੀਮ, ਲੋਕਾਂ ਦੀ ਜਾਨ ਬਚਾਉਣ ਵਾਲੀ ਸਕੀਮ ਜਿਹੜੀ ਆਯੁਸ਼ਮਾਨ ਭਾਰਤ ਦੀ ਸਕੀਮ ਕੱਲ੍ਹ ਲਾਗੂ ਕੀਤੀ ਹੈ। ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦੀ। ਪਰ ਅਫਸੋਸ ਇਹ ਹੈ ਕਿ 30 ਸਟੇਟਾਂ ਨੇ ਉਹ ਸਕੀਮ ਲਾਗੂ ਕੀਤੀ, ਪਰ ਇਸ ਪੰਜਾਬ ਸਰਕਾਰ ਨੇ, ਲੋਕ ਵਿਰੋਧੀ ਪੰਜਾਬ ਸਰਕਾਰ ਨੇ ਸਕੀਮ ਲਾਗੂ ਨਹੀਂ ਕੀਤੀ। ਔਰ 2 ਕਰੋੜ ਪੰਜਾਬੀ ਜਿਹਦੇ 'ਚ ਗਰੀਬ ਨੇ, ਮਜ਼ਦੂਰ ਨੇ, ਦਲਿਤ ਨੇ, ਕਿਸਾਨ ਨੇ, ਫੌਜੀ ਨੇ, ਮਹਿਲਾਵਾਂ ਨੇ, ਉਹਨਾਂ ਦੀ ਜਾਨ ਜਿਹੜੀ ਹੈਗੀ ਹੈ ਉਹ ਖਤਰੇ 'ਚ ਪਾਤੀ ਹੈ। ਇੱਕ ਐਸੀ ਅੱਛੀ ਸਕੀਮ ਹੈ ਮੋਦੀ ਸਾਹਿਬ ਦੀ ਕਿ ਜਿਸ ਸਕੀਮ ਦੇ ਵਿੱਚ 5 ਲੱਖ ਰੁਪਏ ਦਾ ਬੀਮਾ ਹਰ ਉਸ ਵਿਅਕਤੀ ਨੂੰ ਮਿਲੇਗਾ ਜਿਹੜੇ ਬੈਨੀਫਿਸ਼ਰੀ ਨੇ। 12,000 ਕਰੋੜ ਰੁਪਇਆ ਮੋਦੀ ਜੀ ਨੇ ਇਹਦੇ ਲਈ ਆਵੰਟਿਤ ਕੀਤਾ ਸਕੀਮ ਦੇ ਲਈ। ਔਰ ਇਹਦਾ ਜਿਹੜਾ ਕਾਰਡ ਬਣਨਾ ਹੈਲਥ ਕਾਰਡ, ਉਹਦੇ ਲਈ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ। ਆਧਾਰ ਕਾਰਡ ਦੇ ਬੇਸ 'ਤੇ ਲੋਕਾਂ ਦੇ ਘਰਾਂ ਤੱਕ ਕਾਰਡ ਪਹੁੰਚਣਗੇ। ਔਰ ਕਿਤੇ ਵੀ ਉਹ ਕਾਰਡ ਲੈ ਲਓ, ਜਿਹਦੇ 'ਚ ਪ੍ਰਾਈਵੇਟ ਹੋਸਪਿਟਲ ਵੀ ਹੋਣਗੇ, ਸਰਕਾਰੀ ਹੋਸਪਿਟਲ ਵੀ ਹੋਣਗੇ, ਕੈਸ਼ਲੈਸ ਇਲਾਜ, ਭਾਵੇਂ ਤੁਸੀਂ ਦਵਾਈ ਲੈਣੀ ਹੈ, ਭਾਵੇਂ ਤੁਸੀਂ ਡਾਕਟਰ ਦੀ ਫੀਸ ਹੈ, ਚਾਹੇ ਤੁਹਾਡੇ ਕੋਲ ਟੈਸਟ ਹੋ ਰਹੇ ਨੇ, ਚਾਹੇ ਤੁਹਾਡਾ ਕੋਈ ਓਪਰੇਸ਼ਨ ਹੋ ਰਿਹਾ, ਹੋਸਪਿਟਲ ਹੀ ਰਹਿਣ ਦਾ ਪਲੱਸ ਸਰਜਰੀ ਤੋਂ ਬਾਅਦ, ਓਪਰੇਸ਼ਨ ਤੋਂ ਬਾਅਦ 10 ਦਿਨ 'ਚ ਹੋਸਪਿਟਲ 'ਚ ਤੁਸੀਂ ਹੋਰ ਰਹਿ ਸਕਦੇ ਹੋ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।